ਲੇਖ ਹੈ ਮਿੱਠਾ ਨੀਵੀਂ ਨਾਨਕਾ ਗੁਣ ਚੰਗਈਆਂ ਕਰ ਰਾਈਟ ਸੋ ਇਹਦੇ ਵਿੱਚ ਤੁਹਾਨੂੰ ਹਿੰਟ ਦਿੱਤੇ ਜਾਣਗੇ ਨੁਕਤੇ ਉਹਨਾਂ ਨੂੰ ਤੁਸੀਂ ਯੂਜ਼ ਕਰਕੇ ਤੁਸੀਂ ਆਪਣਾ ਐਸੇ ਜਿਹੜਾ ਹੈ ਉਹ ਇਲੈਬੋਰੇਟ ਕਰ ਸਕਦੇ ਹੋ ਬਟ ਮੇਕ ਸ਼ੋਰ ਕਿ ਜਿਹੜੀਆਂ ਤੁਸੀਂ ਲਾਈਨਾਂ ਲਿਖੋਗੇ ਜੇ ਤੁਸੀਂ ਆਪਣੇ ਵੱਲੋਂ ਵੀ ਲਿਖਣੀਆਂ ਨੇ ਤਾਂ ਉਹ ਵੀ ਜਿਹੜੀਆਂ ਮੀਨਿੰਗਫੁਲ ਹੋਣੀਆਂ ਚਾਹੀਦੀਆਂ ਠੀਕ ਹੈ ਸੋ ਬੈਟਰ ਹੈ ਕਿ ਇਹਨੂੰ ਆਪਾਂ ਕਲਾਸ ਵਿੱਚ ਹੀ ਅੱਛੇ ਤਰੀਕੇ ਨਾਲ ਕਰ ਲਈਏ ਠੀਕ ਹੈ ਸੋ ਪਹਿਲਾ ਹੈ ਜਾਣ ਪਛਾਣ ਜਾਂ ਭੂਮਿਕਾ ਠੀਕ ਹੈ ਰਾਈਟ ਹੁਣ ਭੂਮਿਕਾ ਤੁਹਾਡੀ ਬੁੱਕ ਤੇ ਤਿੰਨ ਚਾਰ ਲਾਈਨਾਂ ਦੀ ਹੀ ਲਿਖੀ ਹੋਈ ਹੈ ਠੀਕ ਹੈ ਪਹਿਲਾਂ ਸਭ ਤੋਂ ਜ਼ਰੂਰੀ ਐਸੇ ਜਦੋਂ ਆਪਾਂ ਸਟਾਰਟ ਕਰਦੇ ਹਾਂ ਉਹਦੇ ਵਿੱਚ ਭੂਮਿਕਾ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਹੈ ਅਗਰ ਤੁਹਾਡੀ ਇੰਟਰੋਡਕਸ਼ਨ ਵਧੀਆ ਹੋਵੇਗੀ ਤਾਂ ਤੁਹਾਡਾ ਐਸੇ ਜਿਹੜਾ ਹੈ ਬਹੁਤ ਵਧੀਆ ਹੋਵੇਗਾ ਸੋ ਐਨੀਵਨ ਭੂਮਿਕਾ ਦੱਸਣਾ ਚਾਹੇਗਾ ਕੋਈ ਤੁਸੀਂ ਹੈਲਪ ਲੈ ਸਕਦੇ ਹੋ ਬੁੱਕ ਤੋਂ ਵੀ No one? Okay. ਭੂਮਿਕਾ ਸੁਣ ਲਓ ਠੀਕ ਹੈ ਮੈਂ ਬੋਲ ਦਿੰਦੀ ਹਾਂ ਫਿਰ ਤੁਸੀਂ ਇਹਨੂੰ ਆਪਣੀ ਕਾਪੀ ਉੱਤੇ ਲਿਖ ਲਿਓ ਕਿ ਪਹਿਲਾਂ ਤੁਸੀਂ ਲਾਈਨ ਲਿਖ ਸਕਦੇ ਹੋ ਜਿਸ ਤਰ੍ਹਾਂ ਦੇਖੋ ਤੁਹਾਡੀ ਬੁੱਕ ਤੇ ਲਿਖਿਆ ਹੋਇਆ ਹੈ ਕਿ ਪ੍ਰਮਾਤਮਾ ਦੀ ਬਣਾਈ ਸ੍ਰਿਸ਼ਟੀ ਵਿੱਚ ਕੁਛ ਜਿੰਨੀਆਂ ਵੀ ਮੋਸਟਲੀ ਤੁਕਾਂ ਨੇ ਨਾ ਇਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਸੇਮ ਹੀ ਹੋਏਗੀ ਕੁਛ ਕੁ ਤੁਕਾਂ ਜਿਸ ਤਰ੍ਹਾਂ ਨਾਨਕ ਦੁਖਿਆ ਸਭ ਸੰਸਾਰ ਹੈ ਇਹਦੀ ਭੂਮਿਕਾ ਥੋੜੀ ਜਿਹੀ ਡਿਫਰੈਂਟ ਹੋ ਸਕਦੀ ਹੈ ਠੀਕ ਹੈ ਸੋ ਜਿਨ੍ਹਾਂ ਜਿਨ੍ਹਾਂ ਦੀ ਭੂਮਿਕਾ ਮਿਲਦੀ ਜੁਲਦੀ ਹੋਵੇਗੀ ਸੋ ਤੁਸੀਂ ਇੱਕ ਹੀ ਉਹਨੂੰ ਲਰਨ ਕਰ ਲਓ ਬਸ ਉਹਦੇ ਵਿੱਚ ਨੈਕਸਟ ਜਿਹੜਾ ਪੁਆਇੰਟ ਹੈ ਤੁਕ ਦਾ ਅਰਥ ਹੈ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਠੀਕ ਹੈ ਸੋ ਇਹਦੇ ਵਿੱਚ ਤੁਸੀਂ ਭੂਮਿਕਾ ਲਿਖ ਸਕਦੇ ਹੋ ਕਿ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਵਿੱਚ ਜਾਂ ਪਰਮਾਤਮਾ ਦੀ ਬਣਾਈ ਦੁਨੀਆਂ ਵਿੱਚ ਜਿਹੜਾ ਮਨੁੱਖ ਹੈ ਬਹੁਤ ਹੀ ਜ਼ਿਆਦਾ ਅਨਮੋਲ ਇੱਕ ਦਾਤ ਹੈ ਠੀਕ ਹੈ ਪਰਮਾਤਮਾ ਨੇ ਮਨੁੱਖ ਨੂੰ ਬਹੁਤ ਸਾਰੇ ਗੁਣ ਬਖਸ਼ੇ ਹਨ ਮੈਂ ਬੋਲ ਦਿੰਦੀ ਹਾਂ ਤੁਸੀਂ ਲਿਖੀ ਚਲੋ ਠੀਕ ਹੈ ਭੂਮਿਕਾ ਲਿਖ ਲਓ ਫਸਟ ਟਾਈਮ ਲਿਖ ਲਓ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਵਿੱਚ ਜਾਂ ਫਿਰ ਕਾਪੀ ਤੇ ਸਿੱਧਾ ਲਿਖ ਲਓ ਫਿਰ ਅੱਗੋਂ ਦੀ ਤੁਸੀਂ ਜਸਟ ਹੈਡਿੰਗਸ ਲਿਖੀ ਜਾਇਓ ਠੀਕ ਹੈ ਅਗਰ ਕੋਈ ਹੈਡਿੰਗ ਨੂੰ ਵੀ ਆਪਾਂ ਇਲੈਬੋਰੇਟ ਕਰਨਾ ਹੋਇਆ ਤਾਂ ਫਿਰ ਉਹ ਵੀ ਲਿਖ ਲਵਾਂਗੇ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਵਿੱਚ ਮਨੁੱਖ ਬਹੁਤ ਹੀ ਅਨਮੋਲ ਰਚਨਾ ਹੈ ਮਨੁੱਖ ਬਹੁਤ ਹੀ ਚੰਗੇ ਕੰਮ ਕਰਨ ਲਈ ਇਸ ਦੁਨੀਆ ਤੇ ਆਇਆ ਹੈ ਮਨੁੱਖ ਬਹੁਤ ਹੀ ਚੰਗੇ ਕਰਮ ਕਰਨ ਲਈ ਇਸ ਦੁਨੀਆ ਤੇ ਆਇਆ ਹੈ ਪਰਮਾਤਮਾ ਨੇ ਵੀ ਮਨੁੱਖੀ ਜੀਵਨ ਪਰਮਾਤਮਾ ਨੇ ਵੀ ਮਨੁੱਖੀ ਜੀਵਨ ਦਾ ਲਿਖ ਲਓ ਪਰਮਾਤਮਾ ਨੇ ਮਨੁੱਖ ਨੂੰ ਮਨੁੱਖੀ ਜੀਵਨ ਚੰਗੇ ਕੰਮ ਕਰਨ ਲਈ ਪਰਮਾਤਮਾ ਨੇ ਮਨੁੱਖ ਨੂੰ ਮਨੁੱਖੀ ਜੀਵਨ ਚੰਗੇ ਕੰਮ ਕਰਨ ਲਈ ਦਿੱਤਾ ਹੈ ਪਰਮਾਤਮਾ ਨੇ ਮਨੁੱਖ ਨੂੰ ਮਨੁੱਖੀ ਜੀਵਨ ਚੰਗੇ ਕੰਮ ਕਰਨ ਲਈ ਦਿੱਤਾ ਹੈ ਜਿਹੜਾ ਮਨੁੱਖ ਚੰਗੇ ਕਰਮ ਕਰਕੇ ਨਾਮ ਸਿਮਰਨ ਕਰਦਾ ਹੈ ਉਹ ਹੀ ਵਿਅਕਤੀ ਹਮੇਸ਼ਾ ਸਫਲ ਹੁੰਦਾ ਹੈ ਗੁਰਬਾਣੀ ਵਿੱਚ ਵੀ ਮਨੁੱਖ ਨੂੰ ਚੰਗੇ ਕੰਮ ਕਰਨ
ਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੋਇਆ ਹੈ। ਗੁਰਬਾਣੀ ਵਿੱਚ ਵੀ ਮਨੁੱਖ ਨੂੰ ਚੰਗੇ ਕੰਮ ਕਰਨ ਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਹੋਇਆ ਹੈ। ਜਿਹੜਾ ਮਨੁੱਖ ਆਪਣੀ ਹੋਮੇ ਨੂੰ ਤਿਆਗ ਕੇ ਭਗਤੀ ਕਰਦਾ ਹੈ ਜਿਹੜਾ ਮਨੁੱਖ ਆਪਣੀ ਹੋਮੇ ਨੂੰ ਤਿਆਗ ਕੇ ਭਗਤੀ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਜਿਹੜਾ ਮਨੁੱਖ ਹੋਮੇ ਨੂੰ ਤਿਆਗ ਕੇ ਭਗਤੀ ਕਰਦਾ ਹੈ ਉਹ ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ, ਕਿਉਂਕਿ ਬਾਣੀ ਵਿੱਚ ਪਰਮਾਤਮਾ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਬਾਣੀ ਵਿੱਚ ਪਰਮਾਤਮਾ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਮਨ ਵਿਚਲੀ ਮੈਂ ਨੂੰ ਤਿਆਗ ਕੇ ਮਿਠਾਸ ਤੇ ਨਿਮਰਤਾ ਧਾਰਨ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਮਿਠਾਸ ਤੇ ਨਿਮਰਤਾ ਧਾਰਨ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਲਾਸਟ ਲਾਈਨ ਲਿਖੋ, ਜਿੰਨੀ ਦੇਰ ਤੱਕ ਮਨੁੱਖੀ ਮਨ ਵਿੱਚ ਮੈਂ ਦੀ ਭਾਵਨਾ ਤੇ ਹੰਕਾਰ ਦੀ ਭਾਵਨਾ ਰਹੇਗੀ, ਜਿੰਨੀ ਦੇਰ ਤੱਕ ਮਨੁੱਖ ਵਿੱਚ ਮੈਂ ਅਤੇ ਹੰਕਾਰ ਦੀ ਭਾਵਨਾ ਰਹੇਗੀ, ਓਨੀ ਦੇਰ ਤੱਕ ਮਨੁੱਖ ਚੰਗੇ ਕਰਮ ਨਹੀਂ ਕਰ ਸਕਦਾ। ਜਿੰਨੀ ਦੇਰ ਤੱਕ ਮਨੁੱਖ ਵਿੱਚ ਮੈਂ ਤੇ ਹੰਕਾਰ ਦੀ ਭਾਵਨਾ ਰਹੇਗੀ, ਓਨੀ ਦੇਰ ਤੱਕ ਮਨੁੱਖ ਚੰਗੇ ਕਰਮ ਨਹੀਂ ਕਰ ਸਕਦਾ। ਠੀਕ ਹੈ, ਭੂਮਿਕਾ, ਰਾਈਟ? ਸੋ ਨੀਅਰ ਅਬਾਊਟ 7-8 ਲਾਈਨਾਂ ਦੀ ਹੋ ਜਾਏਗੀ ਭੂਮਿਕਾ। ਠੀਕ ਹੈ, ਇਹ ਨਾ ਹੋਵੇ ਕਿ ਤੁਸੀਂ ਸਿਰਫ 2 ਜਾਂ 3 ਲਾਈਨਾਂ ਦੀ ਭੂਮਿਕਾ ਦੇ ਦਿਓ, ਰਾਈਟ? ਸੋ ਹੋਪਫੁਲੀ ਲਿਖ ਲਿਆ ਹੋਏਗਾ ਤੁਸੀਂ ਸਭ ਨੇ। ਨੈਕਸਟ ਹੈ ਹੈਡਿੰਗ, ਇਹ ਤੁਹਾਡੀ ਬੁੱਕ ਤੇ ਹੈ ਆਲਰੇਡੀ, ਤੁਕ ਦਾ ਅਰਥ। ਕੋਈ ਦੱਸੇਗਾ ਜਿਹੜੀ ਆਪਾਂ ਤੁਕ ਕਰ ਰਹੇ ਹਾਂ ਇਹਦਾ ਅਰਥ ਕੀ ਹੈ? ਐਨੀਵਨ ਟੈਂਸੀ? ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਇਸ ਤੁਕ ਦਾ ਕੀ ਅਰਥ ਹੈ? ਸਿੰਪਲ ਹੈ? ਓਕੇ, ਇਸ ਤੁਕ ਦਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਜਿਹੜਾ ਹੈ ਇਹ ਤੁਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਗਈ ਹੈ। ਠੀਕ ਹੈ, ਅਸੀਂ ਮਾਂਝੀ ਤੇ ਜਗਜੀਤ ਵਾਲਾ ਵੀ ਕੀਤਾ ਸੀ ਐਸੇ, ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਉਚਾਰੀ ਹੋਈ ਸੀ। ਠੀਕ ਹੈ, ਉਹਨਾਂ ਦੀ ਰਚਨਾ ਹੈ ਆਸਾ ਦੀ ਵਾਰ। ਠੀਕ ਹੈ, ਇਹ ਤੁਸੀਂ ਲਿਖਣਾ ਹੀ ਲਿਖਣਾ ਹੈ, ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਗਈ ਹੈ, ਰਚਨਾ ਹੈ ਆਸਾ ਦੀ ਵਾਰ, ਉਹਦੇ ਵਿੱਚੋਂ ਇਹ ਲਈ ਗਈ ਹੈ ਤੁਕ। ਇਸ ਤੁਕ ਤੋਂ ਭਾਵ ਹੈ ਕਿ ਮਿਠਾਸ ਦੇ ਨਾਲ ਬੋਲਣਾ, ਨਿਮਰਤਾ ਦੇ ਨਾਲ ਬੋਲਣਾ। ਠੀਕ ਹੈ, ਵਿਅਕਤੀ ਵਿੱਚ 2 ਗੁਣ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਵਿਅਕਤੀ ਦਾ ਸੋਹਣਾਪਣ ਨਹੀਂ ਦੇਖਿਆ ਜਾਂਦਾ, ਉਹਦਾ ਪੈਸਾ ਨਹੀਂ ਦੇਖਿਆ ਜਾਂਦਾ। ਠੀਕ ਹੈ, ਉਹਦਾ ਗੁਣਵਾਨ ਹੋਣਾ ਵੀ ਇੰਨਾ ਜ਼ਰੂਰੀ ਨਹੀਂ ਹੈ, ਨੌਲੇਜ ਉਹਨੂੰ ਇੰਨੀ, ਆਪਾਂ ਕਹਿੰਦੇ ਨਾ ਕਈ ਵਿਅਕਤੀ ਬਹੁਤ ਜ਼ਿਆਦਾ, ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ, ਪਰ ਜੇ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ, ਜੇ ਉਹਨਾਂ ਵਿੱਚ ਨਿਮਰਤਾ ਹੀ ਨਹੀਂ ਹੈ, ਤਾਂ ਉਹ ਵਿਅਕਤੀ ਦੀ ਨੌਲੇਜ ਵੀ ਕਿਤੇ ਕੋਈ ਕੰਮ ਨਹੀਂ ਕਰਦੀ।
ठीक है। सो व्यक्ति दे विच दो गुण हमेशा होने चाहिए ने, एक हो गया मिठास का ते दूसरा हो गया निम्रता का गुण, राइट। मिठा जो तो मनुख दूसरे दे नाल बोलेगा ते सारे उस व्यक्ति नू पसंद करनगे, ठीक है, ते वो संसार उते जित प्राप्त कर सकेगा। ऐसे तरह ही जे व्यक्ति निम्र होएगा उहदे विच ईगो होएगी नहीं तां हर कोई व्यक्ति उहदे नाल गल करना पसंद करेगा, ठीक है। हुण तुसीं क्लास विच वी अपने दोस्त बनाते हो, राइट, तुसीं दोस्त इदां दे बनाते हो ना जिन्हां विच कोई ईगो ना होवे, नहीं तां जिहदे विच एटीट्यूड होवे उस बंदे नूं अजकल कोई पसंद ही नहीं करता। आपां कह रहे हैं कि इहदे विच बड़ा एटीट्यूड है, किसी नूं बुलांदा नहीं है या नूं गल करन दे नहीं पता, सो उस परसन दे नाल कोई भी नहीं मिलता, ठीक है। सो मिठा बोलना ते निम्रता मनुख दीआं सारीआं चंगियाईआं दा मूल तत् है। इस तुक राही गुरु जी ने मनुख नूं की कहा है, सदाचारक गुण खास तौर ते अपने बोलां दे विच मिठास लिआउण लई ते निम्रता सहित जीवन जीवन की उन्होंने सिक्ख्या दित्ती है। ये दो गुण हैं जिहड़ा व्यक्ति हमेशा उहदे कोल होने चाहिए हैं तां ही उह संसार विच इज्जत ते माण प्राप्त कर सकता है, ठीक है। ये कोई लाइन तुम ऐड नहीं करनी, अगर थानू आंदी होएगी तो यू कैन ऐड, राइट, नहीं तो थोड़ी बुक उत्ते ही बड़ा वधिया लिखा होया है। नेक्स्ट हेडिंग है मिठे अते कौड़े बोलां दा असर। राइट, हाँ जी, हुण कोई दसेगा कि जे आपां किसी दे नाल कौड़े बोल बोलदे हाँ या आपां किसी नाल मिठे बोल बोलदे हाँ ते उहदा असर की हुंदा है, मिठे बोलां दा ते कौड़े बोलां दा असर, ठीक है। जे आपां किसी दे नाल मिठे बोल बोलदे हाँ ते उहदे नाल की है, असीं एक दूसरे दे चंगी तरां नाल दोस्त बन सकते हाँ, ठीक है, हर कोई सानूं पसंद करदा है, राइट। ते कौड़े बोल जे आपां किसी दे नाल कड़वे बोल बोलदे हाँ, असीं उहदे नाल चंगा नहीं बोलते, उन्होंने मंदे शब्द बोलते हाँ तो वह साढ़े तो हमेशा दूर दूर रहता है। आप कह रहे ना कि जड़ा तलवार का फट है, तलवार का जख्म है, वह एक बार लग जाए तो वह इलाज किया जा सकता है, पर जबान का फट का इलाज आप नहीं कर सकते। ये तुम चाहो तो एग्जाम्पल कॉपी उत्ते लिख सकते हो, ठीक है, राइट, कि तलवार का जोड़ा फट है वह कभी भी पार नहीं होंगे, सॉरी वह पार हो जाता है, पर जो जबान का फट है वह नहीं पार होंगे। जे किसी ने कौड़े बोल बोल दते तो थानू हमेशा लिए याद रेंदे हैं, ठीक है, वो तुहाडे जहन विच दिमाग विच हमेशा लिए घूमते रहते हैं, राइट। तो जे आप किसी के ना मिठे बोल बोलते हाँ तो हमेशा वह व्यक्ति साढ़े बोलों नू याद करता है, ठीक है, उन्हों यही लगता है कि इंसान बहुत ही ज्यादा निम्रता दे नाल बोल रहा है, प्यार दे नाल बोल रहा है, तो तुहाडे नाल गल करनी वह पसंद करेगा, इन फ्यूचर भी वह तुहाडे नाल संबंध बनाए रख सकता है, ठीक है, राइट। फिर आप कह सकते हाँ कि व्यक्ति नू हमेशा सोच के बोलना चाहिए है, पहला तोलो फिर बोलो, ये भी तुसी कोटेशन ये ऐड कर सकते हो, ठीक है। पहला बोलो, पहला तोलो फिर बोलो, कि पहला जो भी तुसी अपने बोल बोल रहे हो उनू तोलो, मतलब तुसी देखो कि जो भी तुसी बोल रहे हो सही बोल रहे हो, कुछ ऐदा दा नहीं बोल रहे कि जड़ा अगले नू हर्ट करन वाला होवे, पर अजकल उल्टा चलता है, पहला लोकी बोलते ने ते फिर तोलते ने, मतलब पहला लोकी बोल के चले जाते ने, ठीक है, अगले नू भावें जिदा का मर्जी फील होवे बाद विच जाके सोचते ने नहीं मैं तो उस व्यक्ति नू बड़ा ही माड़ा बोलिया है कि पता उहदे ते किदां दा असर होया, राइट। सो पहला तोलना चाहिए है अपने शब्दों नू, तकड़ी दे तराजू जड़ा भी तुहाडा एक जीवन का नियम है वो अकॉर्डिंगली फिर तुहानू वो वाले शब्द बोलने चाहिए हैं, ठीक है। कोई भी व्यक्ति भावें वह किन्ना भी धनवान बलवान गुणवान क्यों ना हो, ठीक है, या धार्मिक रोह रिकतों मनण वाला हो, जेकर उसके बोलना विच मिठास ही नहीं है तो सब कुछ व्यर्थ है। पहला भी क्या सीगा तुहाडी नॉलेज इन्नी ज्यादा नहीं दिखी जाती, ठीक है, तुहाडी ए ना हो कि बंदा वैल बिहेवड है, उन्होंने बहुत ज्यादा नॉलेज है, पर जो वह बोले वो मूँह विचों जोड़े शब्द हैं वह अगले हर्ट करने वाले निकल, राइट। तो इसलिए सब तो जरूरी है मिठास निम्रता, एक पढ़िया लिखा व्यक्ति तो एक जरा घट पढ़िया लिखा व्यक्ति है, अगर घट पढ़े लिखे व्यक्ति मिठास के नाल बोलना आता है तो वह ज्यादा अपना जोड़ा छाप है वह अगले के मन पर छेगा, ठीक है।
ਸੋ ਇਸੇ ਹੀ ਭਾਵ ਨੂੰ ਸਪਸ਼ਟ ਕਰਦੇ ਹੋਏ ਗੁਰੂ ਜੀ ਫਰਮਾਉਂਦੇ ਹਨ, ਇੱਕ ਕੋਟੇਸ਼ਨ ਹੈ, ਬਟ ਅਗਰ ਤੁਸੀਂ ਜਿੰਨੀਆਂ ਕੋਟੇਸ਼ਨਸ ਲਿਖਣਾ ਚਾਹੋਗੇ ਵੈਲ ਐਂਡ ਗੁੱਡ ਹੈ, ਠੀਕ ਹੈ। ਅਗਰ ਤੁਹਾਨੂੰ ਬਸ ਇੱਕ ਦੋ ਲਾਈਨਾਂ ਦੀਆਂ ਕੋਟੇਸ਼ਨਸ ਨੇ, ਇੰਨੀਆਂ ਜ਼ਿਆਦਾ ਔਖੀਆਂ ਨਹੀਂ ਹੈ, ਅਗਰ ਤੁਸੀਂ ਇਹਨਾਂ ਨੂੰ ਲਰਨ ਕਰ ਲਓ ਤੇ ਬੈਟਰ ਰਹੇਗਾ, ਠੀਕ ਹੈ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਠੀਕ ਹੈ। ਫਿੱਕਾ ਇੱਥੇ ਕੀ ਹੈ? ਮਿੱਠਾ ਬੋਲਣਾ, ਫਿੱਕਾ ਇਹ ਨਹੀਂ ਕੜਵੇ ਬੋਲ ਬੋਲਣੇ। ਹੁਣ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਹਨ, ਜੇ ਆਪਾਂ ਫਿੱਕਾ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਫਿੱਕਾ ਮੀਨਸ ਇੱਥੇ ਕੌੜਾ, ਤੇ ਸਾਡਾ ਤਨ ਮਨ ਵੀ ਫਿੱਕਾ ਹੀ ਹੁੰਦਾ ਹੈ, ਠੀਕ ਹੈ। ਜੇ ਆਪਾਂ ਕਿਸੇ ਤਰ੍ਹਾਂ ਮਿਠਾਸ ਨਾਲ ਬੋਲਦੇ ਹਾਂ ਤਾਂ ਜਿਹੜਾ ਸਾਡਾ ਤਨ ਹੈ, ਮਨ ਹੈ, ਉਹ ਵੀ ਮਿਠਾਸ ਭਰਿਆ ਹੋ ਜਾਂਦਾ ਹੈ। ਸੋ ਇਸ ਲਈ ਵਿਅਕਤੀ ਨੂੰ ਹਮੇਸ਼ਾ ਸਹੀ ਤੇ ਮਿਠਾਸ ਦੇ ਨਾਲ ਬੋਲਣਾ ਚਾਹੀਦਾ ਹੈ। ਇਹ ਹੋ ਗਿਆ ਮਿੱਠੇ ਬੋਲਣ ਵਾਲੇ। ਕੌੜੇ ਬੋਲਣ ਦਾ ਕੀ ਅਸਰ ਹੋਵੇਗਾ? ਕਿ ਕੌੜੇ ਬੋਲਣ ਵਾਲੇ ਦਾ ਹਮੇਸ਼ਾ ਇੱਥੇ ਲਿਖਿਆ ਹੀ ਹੋਇਆ ਹੈ, ਦੇਖੋ, ਤਲਵਾਰ ਦਾ ਫੱਟ ਤਾਂ ਮਿਲ ਜਾਂਦਾ ਹੈ ਪਰ ਜ਼ਬਾਨ ਦਾ ਫੱਟ ਨਹੀਂ ਮਿਲਦਾ, ਠੀਕ ਹੈ। ਇੱਕ ਹੋਰ ਹੈ ਗੁਰਬਾਣੀ ਦੇ ਵਿੱਚ, ਮਿੱਠ ਬੋਲੜਾ ਜੀ, ਠੀਕ ਹੈ। ਗੁਰੂ ਨਾਨਕ ਦੇਵ ਜੀ ਨੇ ਫਿੱਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਹੈ। ਕਹਿੰਦੇ ਨੇ ਜੋ ਫਿੱਕਾ ਬੋਲਦਾ ਹੈ, ਜੋ ਕੌੜੇ ਬੋਲ ਬੋਲਦਾ ਹੈ, ਉਹ ਹਮੇਸ਼ਾ ਮੂਰਖ ਹੁੰਦਾ ਹੈ। ਅਜਿਹਾ ਮਨੁੱਖ ਆਪਣੇ ਮਾੜੇ ਬੋਲਣਾ ਕਾਰਨ ਹੀ ਭਿੱਜੀਆਂ ਜੁੱਤੀਆਂ ਦੀ ਮਾਰ ਦਾ ਭਾਗੀ ਹੁੰਦਾ ਹੈ, ਮਤਲਬ ਹਰ ਕੋਈ ਉਹਨੂੰ ਪਸੰਦ ਨਹੀਂ ਕਰਦਾ। ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ, ਠੀਕ ਹੈ। ਉਹ ਜਿਹੜਾ ਵਿਅਕਤੀ ਹੈ ਜੋ ਕੌੜੇ ਬੋਲ ਬੋਲਦਾ ਹੈ, ਉਹ ਹਮੇਸ਼ਾ ਮੂਰਖ ਹੀ ਗਿਣਿਆ ਜਾਂਦਾ ਹੈ, ਉਹਨੂੰ ਸਿਆਣਾ ਨਹੀਂ ਕਿਹਾ ਜਾਂਦਾ। ਨੈਕਸਟ, ਪਹਿਲਾਂ ਇਹ ਮਿਠਾਸ ਵਾਲਾ ਸੀ, ਹੁਣ ਆ ਗਿਆ ਨਿਮਰਤਾ ਅਹਿਮ ਗੁਣ, ਕਿਉਂਕਿ ਇਸ ਐਸੇ ਦੇ ਦੋ ਪੋਰਸ਼ਨ ਨੇ, ਮਿਠਾਸ ਤੇ ਨਿਮਰਤਾ। ਨਿਮਰਤਾ ਅਹਿਮ ਗੁਣ, ਹੁਣ ਨਿਮਰਤਾ ਕੀ ਹੈ? ਮਨੁੱਖ ਪੋਲਾਈਟ ਹੋਣਾ ਚਾਹੀਦਾ ਹੈ, ਹੰਬਲਨੈਸ ਹੋਣੀ ਚਾਹੀਦੀ ਉਹਦੇ ਵਿੱਚ, ਠੀਕ ਹੈ। ਉਹਦੇ ਵਿੱਚ ਕਿਸੇ ਨੂੰ ਅਦਬ ਸਤਿਕਾਰ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ, ਕਿਸੇ ਨੂੰ ਉਹਨੂੰ ਦੁੱਖ ਨਹੀਂ ਦੇਣਾ ਆਉਣਾ ਚਾਹੀਦਾ। ਇਹਦੇ ਵਿੱਚ ਦੇਖੋ ਦੋ ਤਿੰਨ ਤਰੀਕੇ ਦੇ ਨਾਲ ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਨੇ। ਪਹਿਲਾਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਉਹਨੇ ਅੱਗ ਤੇ ਪਾਣੀ ਦੇ ਨਾਲ ਤੁਲਨਾ ਕੀਤੀ ਹੈ, ਠੀਕ ਹੈ। ਹੁਣ ਪਾਣੀ ਜਿਹੜਾ ਹੈ ਬਿਲਕੁਲ ਫਲੋ ਦੇ ਵਿੱਚ ਬਹਿੰਦਾ ਜਾਂਦਾ, ਠੀਕ ਹੈ। ਉਸੇ ਤਰ੍ਹਾਂ ਹੀ ਜਿਹੜਾ ਇਨਸਾਨ ਹੈ ਉਹਨੂੰ ਵੀ ਹਮੇਸ਼ਾ ਨਿਭ ਕੇ ਰਹਿਣਾ ਚਾਹੀਦਾ ਹੈ। ਨਿਭ ਕੇ ਮਤਲਬ ਉਹਨੂੰ ਹਮੇਸ਼ਾ ਦੂਸਰੇ ਦਾ ਆਦਰ ਸਤਿਕਾਰ ਕਰਨਾ ਚਾਹੀਦਾ, ਤੇ ਜਿਹੜੀ ਅੱਗ ਹੁੰਦੀ ਹੈ ਉਹਦੀਆਂ ਜਿਹੜੀਆਂ ਲੱਪਟਾਂ ਹੁੰਦੀਆਂ ਉਹ ਹਮੇਸ਼ਾ ਉੱਪਰ ਨੂੰ ਜਾਂਦੀਆਂ, ਠੀਕ ਹੈ, ਉੱਪਰ ਨੂੰ ਜਾਂਦੀਆਂ ਨੇ। ਜੇ ਮਨੁੱਖ ਹੰਕਾਰ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਹੀ ਸਾੜਦਾ ਹੈ, ਠੀਕ ਹੈ, ਰਾਈਟ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਤੌੜੀ ਸੜੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ, ਠੀਕ ਹੈ। ਤੌੜੀ ਮਤਲਬ ਜਿਹਦੇ ਵਿੱਚ ਉਹ ਵੱਡਾ ਸਾਰਾ ਇੱਕ ਭਾਂਡਾ ਹੁੰਦਾ ਆ, ਉਹਦੇ ਜੇ ਕਿਨਾਰੇ ਸੜ ਜਾਂਦੇ ਆ, ਸਪੋਜ਼ ਉਹਦੇ ਵਿੱਚ ਕੋਈ ਦਾਲ ਵਗੈਰਾ ਰੱਖੀ ਜਾਂਦੀ ਤਾਂ ਉਹ ਸਾਰੀ ਬੋਇਲ ਹੋ ਕੇ ਬਾਹਰ ਆ ਜਾਂਦੀ ਆ, ਤੇ ਉਹ ਉਹਦੇ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਹੁੰਦਾ, ਉਹ ਜਿਹੜਾ ਭਾਂਡਾ ਹੁੰਦਾ ਉਹ ਆਪਣੇ ਆਪ ਹੀ ਖਰਾਬ ਹੁੰਦਾ ਰਹਿੰਦਾ, ਠੀਕ ਹੈ। ਸੋ ਇਸੇ ਤਰ੍ਹਾਂ ਹੀ ਹੰਕਾਰ ਦੀ ਤੁਲਨਾ ਉਹਨੇ ਅੱਗ ਤੇ ਪਾਣੀ ਨਾਲ ਕੀਤੀ ਹੈ। ਨਿਮਰਤਾ ਪਾਣੀ ਹੈ ਤੇ ਹੰਕਾਰ ਇੱਕ ਅੱਗ ਦੇ ਵਾਂਗ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਐਗਜ਼ਾਮਪਲ ਹੈ ਤੱਕੜੀ ਦੀ, ਠੀਕ ਹੈ। ਜੇ ਆਪਾਂ ਤੱਕੜੀ ਜਿਹਦੇ ਨਾਲ ਆਪਾਂ ਕੋਈ ਵੀ ਚੀਜ਼ ਨੂੰ ਤੋਲਦੇ ਹਾਂ, ਇੱਕ ਤੱਕੜੀ ਦਾ ਭਾਰਾ ਜਿਹੜਾ ਪਾਸਾ ਹੁੰਦਾ ਹੈ, ਇੱਕ ਨੀਵਾਂ ਪਾਸਾ ਹੁੰਦਾ ਹੈ, ਸੋ ਜਿਹੜਾ ਹਲਕਾ ਪਾਸਾ ਹੁੰਦਾ ਹੈ, ਠੀਕ ਹੈ, ਕੋਈ ਵੀ ਚੀਜ਼ ਪਾ ਕੇ ਤੋਲੀ ਜਾਵੇ ਤਾਂ ਹਮੇਸ਼ਾ ਜਿਹੜਾ ਭਾਰਾ ਪਾਸਾ ਹੈ ਉਹ ਨੀਵਾਂ ਰਹੇਗਾ। ਭਾਰਾ ਇਹਦੇ ਨਾਲ ਮਨੁੱਖ ਦੇ ਗੁਣਾਂ ਦੇ ਨਾਲ ਭਾਰਾ ਹੋਏਗਾ, ਠੀਕ ਹੈ। ਭਾਰਾ ਇੱਥੇ ਮਨੁੱਖ ਦੇ ਗੁਣ, ਹਲਕਾ ਮਤਲਬ ਮਨੁੱਖ ਦੇ ਵਿੱਚ ਗੁਣ ਜਿਹੜੇ ਹਨ ਉਹ ਚੰਗੇ ਨਹੀਂ ਹਨ, ਉਹਦੇ ਵਿੱਚ ਸਾਰੇ ਔਗਣ ਹੀ ਔਗਣ ਹਨ, ਠੀਕ ਹੈ। ਸੋ ਪਾਣੀ ਤੇ ਅੱਗ ਦੀ ਤੁਲਨਾ ਔਰ ਤੱਕੜੀ ਦੀ ਤੁਲਨਾ, ਠੀਕ ਹੈ। ਸੋ ਇਹਦੇ ਵਿੱਚ ਵੀ ਇੱਕ ਕੋਟੇਸ਼ਨ ਹੈ, ਭਾਵ ਗੁਣਵਾਨ ਵਿਅਕਤੀ ਹਮੇਸ਼ਾ ਨਿਮਰ ਰਹੇਗਾ, ਤੁਰਤ ਰਾਜੂ ਤੋਲੀਏ ਨਿਵੇਂ ਸੁਗੌਰਾ ਹੋਏ, ਠੀਕ ਹੈ। ਜੇ ਆਪਾਂ ਤਰਾਜੂ ਦੇ ਨਾਲ ਤੋਲਦੇ ਹਾਂ, ਉਹਨੂੰ ਮੈਜ਼ਰ ਕਰਦੇ ਹਾਂ, ਤੇ ਜਿਹੜਾ ਨੀਵਾ ਹੈ, ਨੀਵਾਂ ਵਿਅਕਤੀ ਹੈ, ਉਹੀ ਹਮੇਸ਼ਾ ਚੰਗਾ ਵਿਅਕਤੀ ਹੋਏਗਾ। ਗੌਰਾ ਮਤਲਬ ਹਮੇਸ਼ਾ ਚੰਗਾ ਵਿਅਕਤੀ ਹੋਏਗਾ, ਗੁਣਵਾਨ ਵਿਅਕਤੀ ਹੋਏਗਾ, ਠੀਕ ਹੈ। ਨੈਕਸਟ ਹੈਡਿੰਗ ਹੈ ਹੰਕਾਰ ਇੱਕ ਵੱਡਾ ਔਗੁਣ ਹੈ। ਠੀਕ, ਪਹਿਲਾਂ ਸੀ ਨਿਮਰਤਾ ਅਹਿਮ ਹੈ, ਹੁਣ ਉਹਦਾ ਆਪਾਂ ਆਪੋਜ਼ਿਟ ਕਰ ਦੇਣਾ ਕਿ ਹੰਕਾਰ ਇੱਕ ਵੱਡਾ ਔਗੁਣ ਹੈ, ਰਾਈਟ। ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹੰਕਾਰੀ ਵਿਅਕਤੀ ਹੈ
ਉਹ ਕਦੀ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦਾ। ਹੰਕਾਰ ਹੈ ਇੱਕ ਬਹੁਤ ਹੀ ਵੱਡਾ ਔਗਣ ਹੁੰਦਾ ਹੈ। ਹੁਣ ਇਹਦੇ ਵਿੱਚ ਆਈ ਥਿੰਕ ਤੁਸੀਂ ਇਹ 9th ਵਿੱਚ ਪੜ੍ਹੀ ਹੋਏਗੀ ਪੋਇਮ ਸਿਮਰ ਰੂਪ ਸਰਾਇਰਾ ਅਤ ਦੀ ਰਗਤ ਮੁੱਛ। ਠੀਕ ਹੈ, ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਸਿਮਲ ਦਾ ਰੁੱਖ ਹੈ ਬਹੁਤ ਹੀ ਉੱਚਾ ਲੰਬਾ ਹੁੰਦਾ ਹੈ। ਠੀਕ ਹੈ, ਉਹਦੇ ਫੁੱਲ ਜਿਹੜੇ ਹੁੰਦੇ ਹਨ ਉਹ ਕਿਸੇ ਨੂੰ ਪਸੰਦ ਨਹੀਂ ਆਉਂਦੇ। ਠੀਕ ਹੈ, ਉਹਦੇ ਫਲ ਜਿਹੜੇ ਹੁੰਦੇ ਹਨ ਉਹ ਬਕ ਬਕੇ ਕੜਵੇ ਹੁੰਦੇ ਹਨ, ਉਹਨਾਂ ਨੂੰ ਇਨਸਾਨ ਖਾ ਨਹੀਂ ਸਕਦਾ। ਹੁਣ ਐਡਾ ਉੱਚਾ ਲੰਬਾ ਰੁੱਖ ਹੋਣ ਦਾ ਠੀਕ ਹੈ ਕੀ ਫਾਇਦਾ, ਜਦ ਉਹਦੀ ਛਾਂ ਹੀ ਕਿਸੇ ਨੂੰ ਨਹੀਂ ਮਿਲਣੀ, ਕਿਉਂਕਿ ਉੱਚਾ ਹੋਏਗਾ ਨੈਚੁਰਲੀ ਉਹਦੀ ਛਾਂ ਵਿੱਚ ਕੋਈ ਨਹੀਂ ਬੈਠੇਗਾ, ਉਹਦੇ ਫੁੱਲ ਕੋਈ ਨਹੀਂ ਖਾ ਸਕਦਾ, ਉਹਦੇ ਫਲ ਕੋਈ ਨਹੀਂ ਖਾ ਸਕਦਾ। ਠੀਕ ਹੈ, ਪੌੜੇ ਹੁੰਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਇੱਕ ਵਿਅਕਤੀ ਹੈ ਜਿਹਦੇ ਵਿੱਚ ਨਿਮਰਤਾ ਹੈ ਹੀ ਨਹੀਂ, ਉਹਦੇ ਵਿੱਚ ਸਿਰਫ ਹੰਕਾਰ ਹੀ ਹੈ, ਉਹ ਵਿਅਕਤੀ ਦੀ ਕੋਈ ਵੀ ਦੋਸਤੀ ਇੱਕ ਤਾਂ ਪਸੰਦ ਨਹੀਂ ਕਰਦਾ। ਠੀਕ ਹੈ, ਉਹ ਹਮੇਸ਼ਾ ਸਿਮਲ ਦੇ ਰੁੱਖ ਵਾਂਗ ਹੀ ਰਹਿੰਦਾ ਹੈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਬਹੁਤ ਵੱਡਾ ਹੁੰਦਾ ਹੈ, ਬਹੁਤ ਹੀ ਜ਼ਿਆਦਾ ਪਤਲਾ ਜਿਹਾ ਹੁੰਦਾ ਆ। ਉਹ ਆਵੇ ਆਸ ਦਰ ਜਾਏ ਨਿਰਾਸ ਕਿਤ, ਜੇ ਉਹਦੇ ਕੋਲ ਕੋਈ ਵੀ ਮੁਸਾਫਿਰ ਇੱਕ ਆਸ ਤੇ ਕਰਕੇ ਆਉਂਦਾ ਹੈ ਕਿ ਮੈਂ ਇਹਦੀ ਛਾਂ ਤੇ ਬੈਠਣਾ ਹੈ, ਤਾਂ ਉਹਨੂੰ ਕੋਈ ਵੀ ਆਸ ਉਹਦੀ ਪੂਰੀ ਨਹੀਂ ਹੁੰਦੀ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ, ਉਹਦੇ ਫੁੱਲ ਫਲ ਤੇ ਪੱਤੇ ਕਿਸੇ ਵੀ ਕੰਮ ਨਹੀਂ ਆਉਂਦੇ। ਮਿੱਠਤ ਨੀਵੀ ਨਾਨਕਾ ਗੁਣ ਚੰਗੇ ਦਾ, ਇਸੇ ਲਈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹਮੇਸ਼ਾ ਨਿਮਰਤਾ ਦੇ ਵਿੱਚ ਰਹੋ, ਇਹੀ ਤੁਹਾਡਾ ਜ਼ਿੰਦਗੀ ਦਾ ਅਸਲੀ ਗਹਿਣਾ ਹੈ। ਠੀਕ ਹੈ, ਨੈਕਸਟ ਹੈਡਿੰਗ ਹੈ ਵਿਖਾਵੇ ਵਾਲੀ ਨਿਮਰਤਾ ਵਿਅਰਥ। ਠੀਕ ਹੈ, ਵਿਖਾਵੇ ਵਾਲੀ ਨਿਮਰਤਾ ਹਮੇਸ਼ਾ ਵਿਅਰਥ ਹੁੰਦੀ ਹੈ। ਤੁਸੀਂ ਸ਼ੋ ਆਫ ਲਈ ਕਿਸੇ ਨੂੰ ਵੀ ਦਿਖਾਈ ਦੇ ਰਹੋ ਕਿ ਹਾਂ ਮੈਂ ਬੜਾ ਹੰਬਲ ਇਨਸਾਨ ਆ, ਅੰਦਰ ਤੁਹਾਡੇ ਭਾਵੇਂ ਕਿੰਨੀ ਵੀ ਈਗੋ ਕਿਉਂ ਨਾ ਹੋਵੇ। ਠੀਕ ਹੈ, ਸੋ ਓਦਾਂ ਦੀ ਨਿਮਰਤਾ ਦਾ ਕਿਸੇ ਨੂੰ ਕੋਈ ਵੀ ਫਰਕ ਨਹੀਂ ਪੈਂਦਾ, ਉਹ ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਅੰਦਰੋਂ ਦੀ ਅਗਲੇ ਦੇ ਨਾਲ ਕਿੱਦਾਂ ਬਿਹੇਵ ਕਰ ਰਹੇ ਹੋ। ਠੀਕ ਹੈ, ਸੋ ਇਸੇ ਨਾਲ ਹੀ ਗੁਰੂ ਜੀ ਇਹ ਸੁਚੇਤ ਕਰਦੇ ਹਨ ਕਿ ਜਿਸ ਨਿਮਰਤਾ ਦਾ ਆਪਣੀ ਨਿੱਜੀ ਸਵਾਰਥ ਲਈ ਵਿਖਾਵਾ ਕੀਤਾ ਜਾਵੇ, ਜਿਸ ਦਾ ਮਨੋਰਥ ਕੇਵਲ ਦੂਜਿਆਂ ਦਾ ਨੁਕਸਾਨ ਤੇ ਆਪਣਾ ਲਾਭ ਹੋਵੇ, ਉਹ ਨਿੰਦਣਯੋਗ ਹੈ। ਠੀਕ ਹੈ, ਤੁਸੀਂ ਆਪਣੇ ਮਤਲਬ ਲਈ ਪਹਿਲਾਂ ਅਗਲੇ ਦੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਹੋ, ਜਦੋਂ ਤੁਹਾਡਾ ਮਤਲਬ ਨਿਕਲ ਜਾਂਦਾ ਹੈ ਉਦੋਂ ਤੁਸੀਂ ਉਹਦੇ ਨਾਲ ਕੋਈ ਵੀ ਦੋਸਤੀ ਰੱਖਣਾ ਪਸੰਦ ਨਹੀਂ ਕਰਦੇ, ਫਿਰ ਏਦਾਂ ਦੀ ਦੋਸਤੀ ਦਾ ਕੀ ਫਾਇਦਾ ਜਿੱਥੇ ਤੁਹਾਡੀ ਇੱਕ ਸੈਲਫਿਸ਼ਨੈਸ ਹੋਵੇ ਪਿੱਛੇ। ਠੀਕ ਹੈ, ਉਹਦਾ ਕੋਈ ਮੋਲ ਨਹੀਂ ਹੁੰਦਾ, ਉਹ ਹਮੇਸ਼ਾ ਵਿਅਰਥ ਹੁੰਦੀ ਹੈ। ਅਸੀਂ ਵੇਖਦੇ ਹਾਂ ਕਿ ਅਪਰਾਧੀ ਚੋਰ ਤੇ ਭ੍ਰਿਸ਼ਟ ਵਿਅਕਤੀ ਕਈ ਵਾਰ ਲੋੜ ਤੋਂ ਵਧੇਰੇ ਚੁੱਕੇ ਹੁੰਦੇ ਹਨ। ਠੀਕ ਹੈ, ਭ੍ਰਿਸ਼ਟ ਵਿਅਕਤੀ ਹੁਣ ਕਾਫੀ ਏਦਾਂ ਦੇ ਇਨਸਾਨ ਨੇ ਜਿਨ੍ਹਾਂ ਨੇ ਆਪਣਾ ਕੰਮ ਕਰਵਾਉਣਾ ਹੁੰਦਾ ਹੈ, ਚੋਰ ਹੁੰਦੇ ਨੇ, ਠੱਗੀ ਹੁੰਦੇ ਨੇ, ਉਹ ਹਮੇਸ਼ਾ ਤੁਹਾਡੇ ਨਾਲ ਪਹਿਲਾਂ ਬੜੇ ਪਿਆਰ ਦੇ ਨਾਲ ਬੋਲਣਗੇ, ਹਨਾ, ਤੁਹਾਡੀ ਹਮੇਸ਼ਾ ਆਓ ਭਗਤ ਕਰਨਗੇ, ਰਾਈਟ। ਸੋ ਕਈ ਵਿਅਕਤੀ ਬਹੁਤ ਜ਼ਿਆਦਾ ਭੋਲੇ ਹੁੰਦੇ ਨੇ, ਉਹ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ, ਪਰ ਉਹ ਵਿਅਕਤੀ ਹਮੇਸ਼ਾ ਆਪਣਾ ਕੰਮ ਕਰਕੇ ਖਿਸਕਦਾ ਬੰਦਾ ਹੈ, ਦੁਬਾਰਾ ਉਹ ਕਦੀ ਵੀ ਨਜ਼ਰ ਨਹੀਂ ਆਉਂਦਾ। ਠੀਕ ਹੈ, ਨੈਕਸਟ ਹੈ, ਸੋ ਨਿਮਰਤਾ ਧਾਰਨ ਕਰਨ ਲਈ ਕਿਹੜੇ ਕਿਹੜੇ ਯਤਨ ਕਰਨੇ ਚਾਹੀਦੇ ਹਨ। ਠੀਕ ਹੈ, ਜੇ ਵਿਅਕਤੀ ਨੂੰ ਨਿਮਰ ਬਣਨਾ ਹੋਵੇ ਤਾਂ ਉਹਦੇ ਲਈ ਕਿਹੜੇ ਕਿਹੜੇ ਯਤਨ ਹਨ, ਕੀ ਉਹ ਕੋਸ਼ਿਸ਼ਾਂ ਕਰ ਸਕਦਾ ਹੈ। ਪਹਿਲਾਂ ਤੇ ਹੈ ਕਿ ਨਿਮਰਤਾ ਹਾਸਲ ਕਰਨ ਲਈ ਹੋਮੇ, ਨਿੰਦਿਆ, ਝੂਠ, ਚੁਗਲੀ, ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਹਨ, ਇਹਨਾਂ ਇਹ ਜਿੰਨੇ ਵੀ ਵਿਸ਼ੇ ਵਿਕਾਰ ਹਨ, ਪਹਿਲਾਂ ਵੀ ਦੱਸਿਆ ਹਨਾ ਵਿਕਾਰ, ਠੀਕ ਹੈ, ਜਿੰਨੇ ਵੀ ਵਿਸ਼ੇ ਵਿਕਾਰ ਹਨ ਇਹਨਾਂ ਨੂੰ ਤਿਆਗਣਾ ਪੈਂਦਾ ਹੈ, ਰਾਈਟ। ਸਾਨੂੰ ਕਦੇ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ, ਨਿੰਦਾ ਨਹੀਂ ਕਰਨੀ ਚਾਹੀਦੀ, ਤੇ ਸਾਨੂੰ ਹਮੇਸ਼ਾ ਆਪਣੇ ਵਿੱਚ ਦਇਆ, ਧੀਰਜ, ਸਬਰ, ਸੰਤੋਖ, ਪਰਉਪਕਾਰ, ਨੇਕੀ ਵਰਗੇ ਗੁਣ ਧਾਰਨ ਕਰਨੇ ਪੈਂਦੇ ਹਨ। ਠੀਕ ਹੈ, ਜੇ ਇਨਸਾਨ ਕਿਸੇ ਦੇ ਨਾਲ ਬਹੁਤ ਜ਼ਿਆਦਾ ਦਇਆ ਦੇ ਨਾਲ ਵਰਤਦਾ ਹੈ, ਪਿਆਰ ਦੇ ਨਾਲ, ਧੀਰਜ ਮਤਲਬ ਹੌਸਲਾ, ਹਿੰਮਤ, ਬੜੀ ਹਲੀਮੀ ਦੇ ਨਾਲ ਗੱਲ ਕਰਦਾ ਹੈ, ਤਾਂ ਉਹਦੇ ਵਿੱਚ ਡੈਫੀਨੇਟਲੀ ਨਿਮਰਤਾ ਆਏਗੀ ਹੀ ਆਏਗੀ। ਠੀਕ ਹੈ, ਇੱਕ ਤੁਸੀਂ ਅਲੱਗ ਹੈਡਿੰਗ ਬਣਾ ਸਕਦੇ ਹੋ, ਠੀਕ ਹੈ, ਭਗਤੀ ਕਰਨ ਦੇ ਨਾਲ ਨਿਮਰਤਾ ਵਿਅਕਤੀ ਵਿੱਚ ਆਉਂਦੀ ਹੈ, ਰਾਈਟ। ਨੈਕਸਟ ਅਲੱਗ ਵੀ ਹੈਡਿੰਗ ਬਣਾ ਸਕਦੇ ਹੋ, ਇਹਦੇ ਵਿੱਚ ਵੀ ਲਿਖ ਸਕਦੇ ਹੋ, ਨਿਮਰਤਾ ਧਾਰਨ ਕਰਨ ਲਈ ਭਗਤੀ ਜ਼ਰੂਰੀ ਜਾਂ ਨਾਮ ਸਿਮਰਨ ਕਰਨਾ ਜ਼ਰੂਰੀ। ਠੀਕ ਹੈ, ਨਾਮ ਸਿਮਰਨ ਨਾਲ ਨਿਮਰਤਾ ਹਾਸਲ ਕੀਤੀ ਜਾ ਸਕਦੀ ਹੈ। ਠੀਕ ਹੈ,
बहुत बार सुनिया है, बहुत बार ही पढ़िया है कि जो व्यक्ति परमात्मा का नाम जपता है वो की है हमेशा निम्रता वाला हुंदा है। ठीक है, ओदे विच बाणी नू पढ़दिया ही इन्ना कु वो अपने आप विच हंड जांदा है कि वो हमेशा निम्रता वाले बोल बोलता है ना। तुसी कभी साधु संत नू कोई फकीर नू देखा होएगा जड़े सच्चे दिलों भगती करते हैं। कई तो ऐदा देने जो सिर्फ झूठी भगती करते हैं, ठीक है, वह वाले नहीं, जोड़े सच्चे दिलों भगती करते हैं वो वाले जोड़े व्यक्ति हैं वो वाले साधु संत हैं। तुम उन्होंने कभी गल करके देखो, बहुत ही ज्यादा निम्रता के नाल गल करते हैं। ठीक है, क्योंकि वह हमेशा परमात्मा की भगती के लीन रहते हैं। फिर उन्होंने जिन्ने सारे गुण ने, पारोपकार हो गया, ठीक है, धीरज हो गया, प्यार, कुरबानी, ये सारे गुण उन्होंने ऑटोमैटिकली आ जाते हैं। राइट, नेक्स्ट है निम्रता दे लाभ। जे असी निम्र व्यक्ति बनते हाँ, ठीक है, तो वो लाभ ही होंगे। पहला तो वह व्यक्ति जड़ा है वह हमेशा सफल होगा। ठीक है, निम्रता दे नाल जिंदगी विच मिठे बोल बोलन ते निम्रता धारण करन वाला व्यक्ति हमेशा सफल हुंदा है। ठीक है, जिंदगी विच कदी भी उन्हों एता नहीं कि उन्हों औकड़ नहीं आती, उन्हों कोई भी मुश्किल नहीं आती, आती है हमेशा वो जिंदगी विच। एक तो वह मिठे बोल बोले किसी दे नाल उहदी अद्धी जिहड़ी मुसीबत है वह वैसे ही घट जाती है। ठीक है, क्योंकि जे आप किसी दे नाल निम्रता दे नाल बोलांगे, प्यार दे नाल बोलांगे, तो अगला तुहानू कोई ना कोई सोल्यूशन जरूर दसेगा। ठीक है, एक है कि जे तुसी उहदे नाल मिठास नाल गल करदे हो तां वी कोई ना कोई वे आउट निकलदा जरूर है। राइट, फिर तुसी जिंदगी विच सफल हुंदे हो, तुहानू कोई भी मुसीबत का सामना नहीं करना पैंदा, तुहानू हर पास्यों प्यार ते सतिकार मिलदा है। ठीक है, जिस तरह हम इतने देखो एक एग्जाम्पल दी हुई है, गुरु अंगद देव जी ते गुरु अमरदास जी ने अपने मिठे बोलों से अत दी निम्रता दे नाल गद्दी प्राप्त की थी। ठीक है, क्योंकि गुरु नानक देव जी ने क्या किया सी, भाई लहणा जी जिहड़े सिखां दे दूसरे गुरु सन जिन्होंने गुरु अंगद देव जी भी कहा जाता है, उन्हों का सुभाव देखदिया होया गुरु नानक देव जी ने इन्हों गद्दी दी सी। ठीक है, इसे तरह ही गुरु अमरदास जी ने भी अपने मिठे बोलों सदका गद्दी प्राप्त की थी। ठीक है, या तुसी होर बहुत सारे इदां दे लोग ने जिन्हां दे तुसी एग्जाम्पल दे सकते हो। फॉर एग्जाम्पल तुसी अब्दुल कलाम दी उदाहरण दे सकते हो कि अब्दुल कलाम नूं हले तक भी लोग याद करते हैं। क्यों करते हैं? क्योंकि वह बड़े ज्यादा हम्बल इंसान सन। ठीक है, उन्होंने हर किसी के नाल बड़े ही प्यार दे नाल, निम्रता दे नाल गल की। तुसी भगवान श्री रामचंद्र जी की एग्जाम्पल दे सकते हो। ठीक है, कि वह भी बहुत ज्यादा निम्रता वाले सन। देखो वह खुद अपने आप विच भगवान सन। राइट, गुरु नानक देव जी की एग्जाम्पल दे सकते हो, ये भी परमात्मा का ही रूप सन, पर इन्होंने मनुखी जामे विच आके कभी भी अपने आप विच होमे हंकार नहीं लैके आए। ठीक है, इन्हों को नो डाउट बहुत कुछ सी, पर इन्होंने फिर भी आम लोगों के विचरद्या होया राइट ये वाले गुण इन्होंने भी धारण किए सी, परमात्मा की भगती इन्होंने भी की थी। ठीक है, सो इधर ही बहुत सारे एग्जाम्पल्स ने जिहड़ियां तुसी लिख सकते हो। निम्र ते मिठे सुभाव वाला व्यक्ति हर तरह के नुकसान तो बच जाता है। जिवें बांस लंबा हो के भी हनेरी चखड़ वेले निभ के धरती नाल लग के हनेरी की मार तो बच जाता है, पर आकड़ के खड़े रुख नूं जिस तरह बांस बैंबू, ठीक है, वह जो रुख हों जो तो बहुत हनेरी हनुरी आती वह बेंड हो जाता है, मतलब वह नीवा हो गया। ठीक है, सो निभ के वह हमेशा बचा रहा है, पर जोड़ा अड़ियल इंसान है उन्हें अपनी ईगो जड़ी वह छड़नी नहीं, तो वह हमेशा दुखी रहता है, वह जिंदगी हमेशा कला ही पै जाता है। सो लास्ट है सिट्टा या सारंश। ठीक है, जिस तरह तुम भूमिका 7-8 लाइना की लिखी है इसे तरह ही तुम सिट्टा लिख सकते हो। ये सारे का सारा आप जिन्ना भी आप ऐसे पढ़िया है इन्होंने सारिया आप लाइना लिख सकते हैं। कौन दसेगा सिट्टा? एनीवन? सिट्टा, ठीक है। सो तुसी सिट्टा या सारांश के विच लिख सकते हो कि निरसंदेह या बिना शक दे मिठत अते निम्रता जिहड़ी है वह मनुख दे जीवन विच बहुत वधिया गुण हन, बहुत महान गुण हन, ये आदर्शक जीवन दे तत्व भी हन। क्योंकि जे मनुख एक आदर्शक जीवन जीना चाहुंदा है तो उसनू इन्हां दोनां गुणां नू हमेशा अपनी जिंदगी विच धारण करना चाहिए है। ठीक है, तो जे वह
चंगा व्यक्ति ता ही बन सकता है जेकर वह अपनी दूसरिया नू भी मिठत मिठास के गुण दसे निम्रता के गुण दसे ठीक है। तो जे वह इस तरह कर सकता है तो वह हर किसी वालों की वाह वाही खट सकता है, हर कोई उन्होंने पसंद कर सकता है राइट। तो तुसी इनू अगर होर इलैबोरेट करना हो सारे के सारे जिन्हें भी आप कोटेशन या आप जिन्हें भी पॉइंट्स किए ने उन्हों लाइन ऐड कर सकते हो ठीक है। ओके सो नैक्सट जो भी साड़ी क्लास होएगी आप साहित माला का नैक्सट शब्द करांगे ठीक है। सतगुरु नानक प्रगटिया ओके भाई गुरदास जी द्वारा लिखा हुआ राइट।